देखिए आज हम जो डीजीपीसी पंजाब से मिले हैं दो फॉर्मों का डेपुटेशन हमने कहा जो आ, जो बहन जी कुलविंदर कौर है हम उनकी जो इन्वेस्टिगेशन है वो पारदर्शी ढंग से होनी चाहिए और उनके साथ बे इंसाफ़ी नहीं होनी चाहिए सारे पक्षों को ध्यान में रखना चाहिए जो उन्होंने बोला वो पक्ष तो दुनिया के सामने चला गया लेकिन जो पक्ष बीच में जो बातचीत हुई जो घटना घटी वो सबके सामने नहीं आ रहा तो सारे पक्ष को सामने लिए तो उन्होंने अवस्थ अश्वस्त किया हमने कि तो ऐसा कुछ भी नहीं होगा पंजाब सरकार पारदर्शी ढंग से इंक्वायरी करेगी और सारे पक्षों की जांच करेगी पूरी पारदर्शिता रखेगी हम हम बिल्कुल किसी का पक्ष नहीं लेंगे चाहे कंगना राउत जी उनका पक्ष अपना होगा इनका पक्ष अपना होगा बिल्कुल पारदर्शी ढंग से जांच करेंगे किसी के साथ बे इंसाफी नहीं होने देंगे सीसीटीवी सीसीटीवी फुटेज फुटेज है न, है ना हाँ, उन्होंने कहा सी, 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 जो भी है वहां पर उन, उन, इनको लेकर अपने कस्टडी में लेंगे और पूरी उसको ढंग से जैसे साइंटिफिक ढंग से उसकी जाँच पड़ताल में जुटेंगे एफ कहते हैं हो गई है एफ आई आर नहीं हाँ नहीं एफ आई हुई हमने कापी मांगी है अब मिलेगी तो आपको भी बता देंगे उसके बारे में। ਤੁਸੀਂ 9 ਤਰੀਕ ਦਾ ਜਿਹੜਾ ਕੋਈ ਜਿਹੜਾ ਪ੍ਰੋਟੈਸਟ ਹੈ ਕੀ ਆ ਉਹ ਕੰਟੀਨਿਊ ਟਿਆ ਉਹ ਚ ਕੋਈ ਘਟਨ ਨਹੀਂ ਉਹ 9 ਵਾਲਾ ਪ੍ਰੋਗਰਾਮ ਅਸੀਂ ਕਰਾਂਗੇ। ਅੱਛਾ ਐਫਆਈਆਰ ਹੋ ਗਈ ਏ। ਹਾਂ ਹਾਂ ਐਫਆਈਆਰ ਹੋ ਗਈ ਡੀਜੀਪੀ ਨਾਲ ਹੋਈ ਐਫਆਈਆਰ ਹੋ ਗਈ। ਨਹੀਂ ਜਿਹੜਾ ਇਕੱਠ ਹੈ ਤੁਹਾਨੂੰ ਲੱਗਦਾ ਵੀ ਹੱਲੇ ਜਦੋਂ ਜਾਂਚ ਹੋਈ ਨਹੀਂ ਆ ਕੁਛੇ ਵੀ ਇਕੱਠ ਜਾਂ ਉਹ ਪ੍ਰੋਟੈਸਟ ਨਹੀਂ ਨਹੀਂ ਦੇਖੋ ਇਨਸਾਫ ਮਾਰਚਾ ਜੋ ਕੁਝ ਸਾਡੇ ਖਿਲਾਫ ਪ੍ਰਚਾਰ ਪ੍ਰੋਪਗੈਂਡਾ ਸਰਕਾਰ ਵੱਲੋਂ ਜਾਮ ਇਸ ਵੇਲੇ ਉਹਨਾਂ ਦੇ ਐਮਪੀ ਵੱਲੋਂ ਬਿੱਡਿਆ ਗਿਆ ਵਾ। ਜੇ ਅਸੀਂ ਉਹ ਆਪਣਾ ਪੱਖ ਨਹੀਂ ਰੱਖਦੇ ਠੀਕ ਨਹੀਂ ਕੋਈ ਇਨਸਾਫ ਮਾਰਨ ਪਿੱਛੇ ਅਸੀਂ ਪੱਖ ਦੱਸਣਾ ਸਾਡਾ ਵੀ ਕਿਵੇਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੱਥੋਂ ਕਿੱਥੇ ਜਾਏਗਾ ਜੀ ਇਹ ਇਹ ਮਹਾਲੀ ਆਂਬ ਸਾਹਿਬ ਤੋਂ ਆ ਜਿਹੜਾ ਵਾ ਐਸਐਸਪੀ ਮਹਾਲੀ ਦੇ ਡਾਟ ਜੇ ਦੋਸਤ ਇਹ ਲੋਗ ਕਹਿੰਦੇ ਮਨ ਇਸ ਹਨਗਾ ਕੀ ਕੋਈ ਨਹੀਂ ਦੀ ਜਿਹਾ ਚਾਹੁੰਨੇ ਕੀ ਕਰੇ ਆਏ ਹੋ ਜਿੱਦਾਂ ਗੱਲਿਆਂ ਦੱਸੀ ਕਿ ਜੀ ਸੀਸੀਟੀਵੀ ਹੈ ਇਨਕੋ ਆਲਰੇਡੀ ਐਫਆਈਆਰ ਹੋ ਚੁੱਕੀ ਹੈ ਲੇਕਿਨ ਤੁਸੀਂ ਆਪਣੀ ਗੱਲ ਮੇਨ ਪਰ ਰਹੀ ਸੀਗੀ ਕਿ ਜੀ ਸਾਹਿਬ ਪਾਰਦਰਸ਼ਤਾ ਦੋਨੋਂ ਪੱਖ ਸਾਡੀ ਮੇਨਲੀ ਗੱਲ ਇਹੀ ਇਸ ਇਸ਼ੂ ਦੇ ਸੀਗੀ ਕਿ ਕਿਸੇ ਵੀ ਕਿਸਮ ਦਾ ਸਾਡੀ ਉਸ ਬੱਚੀ ਤੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਔਰ ਉਹਦੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬਿਲਕੁਲ ਪਾਰਦਰਸ਼ੀ ਢੰਗ ਦੇ ਨਾਲ ਇਹ ਇਨਵੈਸਟੀਗੇਸ਼ਨ ਹੋਏਗੀ ਔਰ ਲੜਕੀ ਨੂੰ ਕਿਸੇ ਵੀ ਤਰ੍ਹਾਂ ਦਾ ਅਸੀਂ ਇਹ ਨਹੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਕੋਈ ਪ੍ਰੈਸ਼ਰਾਈਜ਼ ਕਰਕੇ ਉਹਦੇ ਕੋਲ ਕੁਝ ਪੁੱਛਿਆ ਜਾਏ। ਆ ਇਨਵੈਸਟੀਗੇਸ਼ਨ ਕਰਨੀ ਆ ਬਤ ਬਿਲਾਂ ਬਤਾਂ ਅਸੀਂ ਪੁੱਛਣੀਆਂ ਆ ਉਹ ਅਸੀਂ ਪੁੱਛਾਂਗੇ। ਲੇਕਿਨ ਉਹਨਾਂ ਨੇ ਇਹ ਵੀ ਕਿਹਾ ਵੀ ਹਜੇ ਤੱਕ ਸਾਨੂੰ ਇਹ ਹੈ ਕਿ ਅਸੀਂ ਸਾਡੀ ਇਹ ਮਨਛਾ ਨਹੀਂ ਹੈ ਕਿ ਉਹਨੂੰ ਜ਼ਿਕਰਬਸਤਾਰ ਕਰਕੇ ਜੇਲ੍ਹ ਭੇਜਣਾ ਜਾਂ ਕੀ ਕਾਰਵਾਈ ਕਰਨੀ ਹਾਂ ਇਹਨਾਂ ਸ਼ਾਮਿਲ ਤਰਤੀਸ਼ ਉਸ ਲੜਕੀ ਨੂੰ ਸਾਨੂੰ ਲੋੜ ਆ ਕਰਨ ਦੀ ਹੈ ਉਹ ਅਸੀਂ ਕਰਾਂਗੇ ਇੱਕਦਮ ਦੂਜੀ ਗੱਲ ਅਸੀਂ ਇਹ ਭਾਵਨਾ ਰੱਖੀ ਸੀਗੀ ਕਿ ਦੇਖੋ ਲੜਕੀ ਦਾ ਪੱਖ ਹੈ ਜਿਹੜਾ ਉਹ ਨਰੋਲ ਨਿਕਲ ਕੇ ਬਾਹਰ ਨਿੱਡਰ ਹੋ ਕੇ ਬਾਹਰ ਤਾਂ ਆਏਗਾ ਜੇ ਉਹਨੂੰ ਕੋਈ ਦਿਸੇਗਾ ਸਾਹਮਣੇ ਕਿ ਮੇਰੀ ਗੱਲ ਰੱਖਣ ਵਾਲਾ ਸੁਣਨ ਵਾਲਾ ਕੋਈ ਆਇਆ ਹੈ ਔਰ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਸਾਡਾ ਡੈਪਿਊਟੇਸ਼ਨ ਦੋਨਾਂ ਫਾਰਮਾਂ ਦਾ ਸਾਡੀ ਉਸ ਬੱਚੀ ਨੂੰ ਮਿਲੇ ਔਰ ਉਹਦੇ ਤੇ ਵੀ ਉਹਨਾਂ ਨੇ ਸਾਨੂੰ ਮਤਲਬ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਅੱਜ ਹੀ ਗੱਲ ਕਰਕੇ ਤੇ ਤੁਹਾਨੂੰ ਮਤਲਬ ਜਲਦੀ ਦੋਨਾ ਫਾਰਮਾਂ ਦੇ ਡੈਪੂਟੇਸ਼ਨ ਵਾਸਤੇ ਲੜਕੀ ਨਾਲ ਮਲਾ ਦਿੰਨੇ ਆ ਜੋ ਭਾਜੀਪੀ ਗੋਲ ਰਹੀ ਹੈ ਕਿ ਵਰਦੀ ਸਿੱਗੀ ਵਰਦੀ ਜਦ ਦਾ ਕੰਮ ਨਹੀਂ ਕਰਨ ਚਾਹੀਦਾ ਦੇਖੋ ਮੈਂ ਬੇਨਤੀ ਕਰਦਾ ਹਾਂ ਬਹੁਤ ਵਾਰੀ ਗੱਲ ਹੋਈ ਹੈ ਕਿ ਵਰਦੀ 'ਚ ਨਹੀਂ ਆਣਾ ਚਾਹੀਦਾ ਇਹ ਕੋਈ ਨਹੀਂ ਚਾਹੁੰਦਾ ਇਹ ਹਨ ਹਰ ਇੱਕ ਆਦਮੀ ਇਹ ਗੱਲ ਮਹਿਸੂਸ ਕਰਦਾ ਹੈ ਕਿ ਵਰਦੀ ਦੀ ਇੱਕ ਵੱਖਰੀ ਆਪਣੀ ਮਰਯਾਦਾ ਹੈ ਪਰ ਵਰਦੀ ਦੀ ਮਰਯਾਦਾ ਰੱਖਣੀ ਸਾਰਿਆਂ ਲਈ ਜ਼ਰੂਰੀ ਹੈ ਇਕੱਲੇ ਉਸ ਲੜਕੀ ਲਈ ਨਹੀਂ ਹੈ ਜੋ ਲੜਕੀ ਵਰਦੀ ਪਾਈ ਖੜੀ ਹੈ ਤਾਂ ਕੰਗਣਾ ਰਣੌਤ ਦੀ ਉਸ ਤੋਂ ਵੱਡੀ ਜ਼ਿੰਮੇਵਾਰੀ ਬੰਦੀ ਹੈ ਕਿ ਸ਼ੀ ਐਮ ਪੀ ਜੋ ਮੈਂਬਰ ਪਾਰਲੀਮੈਂਟ ਹੈ ਤਾਂ ਉਹਦੇ ਉੱਤੇ ਉੱਪਰ ਦੀ ਹੈ ਉਹਦੇ ਉਹਦੇ ਤਾਂ ਉਹਦੇ ਵੱਡੀ ਜ਼ਿੰਮੇਵਾਰੀ ਬੰਦੀ ਹੈ ਕਿ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਉਹਦੀ ਪਾਲਣਾ ਕਰੇ ਜਿਵੇਂ 에어ਪੋਰਟ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਵਿੱਚ ਕੋਆਪਰੇਟ ਕਰਨਾ ਉਹਦੀ ਜ਼ਿੰਮੇਵਾਰੀ ਬਣਦੀ ਸੀ ਉਹਨੇ ਨਹੀਂ ਕੀਤੀ ਤਾਂ ਕੀ ਉਹਨੇ ਉਹ ਗੱਠੀ ਕੀ ਤਾਂ ਗੱਲ ਦੂਜੀ ਗੱਲ ਤੁਹਾਨੂੰ ਪਤਾ ਹੈ ਕਿ ਵੈਸਟ ਬੰਨਵਾਲ ਦੇ ਵਿੱਚ ਇੱਕ ਪੁਲਿਸ ਆਫੀਸਰ ਆਈਪੀਐਸ ਹੈ ਉਹਨੂੰ ਖਾਲਸਤਾਨੀ ਸ਼ਬਦ ਵਰਤੇ ਗਿਆ ਉਹਦੀ ਉਸ ਵੇਲੇ ਦੀ ਯੂਨੀਫਾਰਮ ਨੂੰ ਕਿਸ ਨੇ ਨਹੀਂ ਪ੍ਰਵਾਕ ਕੀਤੀ ਮੇਰੀ ਬੇਨਤੀ ਹੈ ਕਿ ਯੂਨੀਫਾਰਮ ਇੱਕ ਰਿਸਪੈਕਟੇਬਲ ਫਾਰਮ ਹੈ ਇਹਦੀ ਰਿਸਪੈਕਟ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਕਿਲੇ ਇੱਕ ਨੂੰ ਨਹੀਂ ਹੈ ਕਿ ਏਕੀ ਉਹਦੀ ਇੱਕ ਨੂੰ ਦਿੱਤੀ ਅਸੀਂ ਡਾਂਗ ਠਾਲੀਏ ਕਿ ਮੈਂ ਤੇ ਇਹ ਵੀ ਤਾਂ ਗੱਲ ਕਹਾਂਗਾ ਕਿ ਜੇ ਹੁਣ ਮਤਲਬ ਜਿੱਤੇ ਕਿ ਤੇ ਇਸ ਬੱਚੀ ਨੂੰ ਇਸੇ ਤਰ੍ਹਾਂ ਦੀ ਟਾਰਚ ਉਸ ਤਰੀਕੇ ਨਾਲ ਕੀਤਾ ਜਾਏ ਇਨਵੈਸਟੀਗੇਸ਼ਨ ਕਰਨ ਦੀ بجائے ਟਾਰਚ ਕੀਤਾ ਜਾਏ ਕੀ ਫਿਰ ਯੂਨੀਫਾਰਮ ਠੀਕ ਕਰ ਲਈਏ ਤੇ ਸ਼ੋਰ ਨਹੀਂ ਕੰਗਨਾ ਨੇ ਬਿਆਨ ਦਿੱਤਾ ਕਿ ਬੰਦਾ ਅਗਰਵਾਦ ਫੈਲ ਰਿਹਾ ਹੈ ਮੈਂ ਇਹ ਗੱਲ ਜਿਹੜਾ ਉਹ ਕਹਿ ਰਹੇ ਨੇ ਕਿ ਉਗਰਵਾਦ ਫੈਲ ਰਿਹਾ ਹੈ ਕੰਗਨਾ ਰਣੌਤ ਦੇ ਉਸ ਬਿਆਨ ਦੇ ਸਬੰਧ ਵਿੱਚ ਅਸੀਂ ਮੰਨ ਕਰਦੇ ਹਾਂ ਕਿ ਵੱਖਰੇ ਤੌਰ ਦੇ ਤੇ ਇੱਕ ਪਰਚਾ ਦਰਜ ਹੋਣਾ ਚਾਹੀਦਾ ਕਿਉਂ ਕਿ ਪੰਜਾਬ ਇੱਕ ਸ਼ਾਂਤ ਮਾਹੌਲ ਵਾਲੀ ਸਟੇਟ ਹੈ ਇੱਥੇ ਵੋਟਾਂ ਪਈਆਂ ਨੇ ਹਰ ਹਿੰਦੂ ਨੂੰ ਇੰਡੀਪੈਂਡੈਂਟ ਵੋਟ ਪਾਉਣ ਦਾ ਰਾਈਟ ਮਿਲਿਆ ਹਰ ਮੁਸਲਮਨ ਨੂੰ ਵੀ ਵੋਟ ਪਾਉਣ ਦਾ ਰਾਈਟ ਮਿਲਿਆ ਸਾਈ ਨੂੰ ਸਿੱਖ ਨੂੰ ਵੋਟ ਪਾਉਣ ਦਾ ਰਾਈਟ ਮਿਲਿਆ ਕਿਸੇ ਨੇ ਕੋਈ ਮਤਲਬ ਗੱਗ ਨਹੀਂ ਪਾਇਆ ਔਰ ਉਸ ਸਟੇਟ ਨੂੰ ਤਾਂ ਕਹਿਣਾ ਕਿ ਇਹ ਉਗਰਵਾਦੀ ਹੈ ਤੇ ਮੈਂ ਬੇਨਤੀ ਕਰਾਂ ਕਿ ਜਿਹੜੀਆਂ ਉਹ ਸਟੇਟਾਂ ਜਿੱਥੇ ਭਾਜਪਾ ਸ਼ਾਸਿਤ ਰਾਜ ਨੇ ਜਿਹੜੇ ਉੱਥੇ ਕੀ ਕੁਝ ਹੋਇਆ ਜੀ ਕਿਸੇ ਕਮਿਊਨਿਟੀ ਨੂੰ ਵੋਟ ਪਾਉਣ ਹੀ ਨਹੀਂ ਜਾਣ ਦਿੱਤਾ ਗਿਆ ਕਿਤੇ ਮਤਲਬ ਪੋਲਿੰਗ ਬੂਥ ਦੇ ਉੱਤੇ ਅਧਿਕਾਰੀਆਂ ਨੂੰ ਮਤਲਬ ਜਿਸ ਤਰੀਕੇ ਦੇ ਨਾਲ ਟਰਚ ਕੀਤਾ ਗਿਆ ਅਗਰ ਇਹ ਐ ਤਾਂ ਇਹ ਤਾਂ ਮੈਨੂੰ ਦੇਖਣਾ ਚਾਹੀਦਾ ਪਰਖਣਾ ਚਾਹੀਦਾ ਹੈ ਕਿ ਇਹ ਟੈਰਰਿਜ਼ਮ ਹੈ ਕਿਥੇ ਕਿ ਪੰਜਾਬ ਜਿੱਥੇ ਸ਼ਾਦਮੌਲਾ ਇੱਥੇ ਟੈਰਰਿਜ਼ਮ ਹੈ ਜਾਂ ਜਿੱਥੇ ਨੂੰ ਵਰਗੇ ਇਲਾਕਿਆਂ 'ਚ ਗੁੰਡਾਗਰਦੀ ਸ਼ਰਿਆਮ ਕੀਤੀ ਗਈ ਲੋਕਾਂ ਦੇ ਦੀਆਂ ਦੁਕਾਨਾਂ ਸਾੜੀਆਂ ਗਈਆਂ ਕਿ ਉੱਥੇ ਟੈਰਰਿਜ਼ਮ ਹੈ ਉਹ ਟੈਰਰਿਜ਼ਮ ਕਿਧਰ ਵੱਲੋਂ ਆ ਉਹ ਟੈਰਰਿਜ਼ਮ ਦੇ ਵੱਲ ਧਿਆਨ ਦੇਣਾ ਚਾਹੀਦਾ ਇਹ ਕਲਗਨਰ ਨੌਤ ਵਰਗੀਆਂ ਦਾ ਜਿਹੜੇ ਇਹ ਬਿਆਨ ਨੇ ਇਹ ਭਾਜਪਾ ਦੀ ਇੱਕ ਆਈਡੀਓਲੋਜੀ ਦੇ ਬਿਆਨ ਨੇ ਕਿ ਤਰਵੀ ਕਰਨ ਦੀ ਰਾਜਨੀਤੀ ਹੈ ਜਿਹੜੀ ਉਹਨਾਂ ਦੀ ਰਾਜਨੀਤੀ ਹੈ ਔਰ ਉਹਦੇ ਤੇ ਉਹ ਕੰਮ ਕਰ ਰਹੇ ਨੇ ਮੈਂ ਕਹੂੰਗਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਪਰਿਵਾਰ ਮਿਤਰ ਹੈ ਕਿ ਕੁਲਵਿੰਦਰ ਦੇ ਉਹਨਾਂ ਨੇ ਆ ਉਹ ਆਪਣੇ ਉਹ ਹਜੇ ਪਰਿਵਾਰ ਨਹੀਂ ਕੁਲਵਿੰਦਰ ਦਾ ਨੂੰ ਮਿਲ ਸਕਿਆ ਇਹ ਉਹਨੂੰ ਅਸੀਂ ਨਾਲ ਲੈ ਕੇ ਅਸੀਂ ਕੋਸ਼ਿਸ਼ਾਂ ਅੱਜ ਕੱਲ੍ਹ ਸੀ ਅਸੀਂ ਇਹ ਤੇ ਸਾਡਾ ਮੇਨ ਅੱਜ ਮਿਲਦੇ ਮਗਰ ਇਹ ਦੋ ਹੀ ਗੱਲਾਂ ਸੀ ਇੱਕ ਤਾਂ ਉਸ ਲੜਕੀ ਦੇ ਨਾਲ ਇਨਸਾਫ ਹੋਣਾ ਚਾਹੀਦਾ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਸੈਕੰਡ ਕਿ ਉਹਨੂੰ ਮਿਲਿਆ ਜਾਏ ਜਿੰਨੀ ਦੇਰ ਤੱਕ ਉਸ ਨੂੰ ਮਿਲਦੇ ਨਹੀਂ ਉਨੀ ਦੇਰ ਤੱਕ ਉਸ ਲੜਕੀ ਦੀ ਕੀ ਹਾਲਾਤ ਨੇ ਕਿਹੜੇ ਹਾਲਾਤਾਂ ਚ ਹੈ ਉਹਦੇ ਬਾਰੇ ਕੋਈ ਮਤਲਬ ਕਹਿਣਾ ਮੇਰਾ ਔਖਾ ਹੈ ਉਹ ਨੂੰ ਮਿਲਣਾ ਪਹਿਲਾਂ ਜ਼ਰੂਰੀ ਹੈ ਉਹਦੇ ਲਈ ਉਹਨਾਂ ਨੇ ਆ ਵੀ ਭਰੀ ਹੈ ਕਿ ਅਸੀਂ ਅੱਜ ਸ਼ਾਮ ਤੱਕ ਪਟਾਈ ਅਪ ਕਰਕੇ ਸਾਰਾ ਕੁਝ ਕਿੱਥੇ ਆ ਲੜਕੀ ਉਹਦੇ ਨਾਲ ਮਿਲਾਉਂਗਾ ਠੀਕ ਹੈ